ਜਿੱਥੇ ਵੀ ਕਿਤੇ ਮੈਂ ਤੁਹਾਨੂੰ ਦਿਲ ਦੀ ਗਹਿਰਾਈ ਤੋਂ ਦੱਸਦੀ ਹਾਂ, ਜਿੱਥੇ ਵੀ ਕਿਤੇ ਜ਼ਿੰਦਗੀ 'ਚ ਜਦੋਂ ਤੱਕ ਮੇਰੇ ਜਾਨ 'ਚ ਜਾਨ ਹੈ, ਦਸ਼ਮ ਪਿਤਾ ਦੀ ਗੱਲ ਚੱਲੇਗੀ, ਗੱਲ ਚੱਲੇਗੀ ਕਲਗੀਆਂ ਵਾਲੇ ਦੀ, ਗੱਲ ਚੱਲੇਗੀ ਪੁੱਤਰਾਂ ਨੂੰ ਵਾਰਨ ਵਾਲੇ ਦੀ, ਗੱਲ ਚੱਲੇਗੀ ਬੇਕਸੂਰ ਲੋਕਾਂ ਦੇ ਹੱਕਾਂ ਲਈ ਸਿਰ ਦੇਣ ਵਾਲੇ ਦੀ, ਗੱਲ ਚੱਲੇਗੀ ਸਰਵੰਸ ਦਾਨੀ ਦੀ, ਤਾਂ ਮੰਜੂ ਕੁਰੈਸ਼ੀ ਹਰ ਚੀਜ਼ ਤੋਂ ਉੱਪਰ ਉੱਠ ਕੇ ਆਪਣੇ ਖੂਨ ਦੇ ਕਤਰੇ ਕਤਰੇ ਨਾਲ ਸਭ ਤੋਂ ਮੂਰਲੀ ਕਤਾਰ 'ਚ ਖੜ ਕੇ ਉਹਦੀ ਵਕਾਲਤ ਕਰਦੀ ਹੈ, ਕਰਦੀ ਰਹੇਗੀ। ਔਰ ਸਿੱਖਾਂ ਨੂੰ ਇੱਕ ਗੱਲ ਕਹਿੰਦੀ ਰਹੇਗੀ ਕਿ ਦਸ਼ਮ ਪਿਤਾ ਦੇ ਲਾਡ ਲਿਓ, ਉਹ ਜਦੋਂ ਉਹਨੇ ਦੋ ਪੁੱਤ ਸ਼ਹੀਦ ਚਾਰ ਹੋਏ, ਛੋਟੇ ਛੋਟੇ ਮਾਸੂਮ ਬੱਚੇ ਨੀਹਾਂ ਚੜਾਏ ਗਏ, ਜਿਸ ਵਕਤ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੇ, ਜਿਸ ਵਕਤ ਗੁਰੂ ਸਾਹਿਬ ਰਾਏਕੋਟ ਦੇ ਗੁਰਦੁਆਰਾ ਸਾਹਿਬ 'ਚ ਬੈਠੇ ਸੀ, ਰਾਏ ਕੱਲਾ ਨੇ ਆ ਕੇ ਦੱਸਿਆ ਕਿ ਦਸ਼ਮ ਪਿਤਾ ਤੇਰੇ ਬੱਚੇ ਅੱਜ ਸ਼ਹੀਦ ਹੋ ਗਏ ਦੋ, ਤਾਂ ਕਿਸੇ ਨੇ ਕਿਹਾ ਕਿ ਗੁਰੂ ਸਾਹਿਬ ਨੂੰ ਕੈਸਾ ਲੱਗਿਆ ਹੋਣਾ, ਤਾਂ ਦਸ਼ਮ ਪਿਤਾ ਦਾ ਜਵਾਬ ਹੋਣਾ ਹੈ। ਮੰਜੂ ਕੁਰੈਸ਼ੀ ਸੋਚਦੀ ਹੈ, ਕਹਿੰਦਾ ਇਹ ਦੇਸ਼ ਢਹਿੰਦਾ ਸੀ, ਕਸ਼ਮੀਰੀ ਪੰਡਿਤਾਂ ਦੇ ਨਾਲ ਜ਼ੁਲਮ ਹੋ ਰਹੇ ਸੀ, ਇਸ ਦੇਸ਼ ਦਾ ਕੋਈ ਸਹਾਰਾ ਨਹੀਂ ਸੀ, ਮੇਰੇ ਪਿਤਾ ਨੇ ਕੁਰਬਾਨੀ ਦਿੱਤੀ, ਮੇਰੇ ਬੱਚੇ 1.25 ਲੱਖ ਨਾਲ ਇੱਕ ਲੜਾਤਾ, ਉਹ ਚਿੜੀਆਂ ਤੋਂ ਮੈਂ ਬਾਜ਼ ਤੜਾਤਾ, ਤਵੇ ਤਾਂ ਗੁਰੂ ਗੋਬਿੰਦ ਸਿੰਘ ਨਾਮ ਕਹਾਤਾ। ਉਹ ਗੁਰੂ ਸਾਹਿਬ ਜਦੋਂ ਜਾ ਕੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੇਰੇ ਬੱਚੇ ਸ਼ਹੀਦ ਹੋ ਗਏ, ਤਾਂ ਉਹਨਾਂ ਦਾ ਜਵਾਬ ਸੀਗਾ, ਕਹਿੰਦੇ ਢਹਿੰਦੇ ਦੇਸ਼ ਦਾ ਨਹੀਂ ਸੀ ਸਹਾਰਾ ਜਦੋਂ, ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਕਹਿੰਦਾ ਜਿਵੇਂ ਗੁਜਰਿਆ ਉਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸੀ ਬਖਸ਼ੇ ਪ੍ਰਮਾਤਮਾ ਨੇ, ਉਹ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ, ਨਾ ਕਹੋ ਸਿੱਖੋ ਸ਼ਹਿਨਸ਼ਾਹ ਮੈਨੂੰ, ਉਹ ਕਿਸ਼ਤਾਂ ਵਿੱਚ ਤਾਂ ਕਰਜ਼ਾ ਉਤਾਰਿਆ ਮੈਂ ਜੀ। ਐਸੇ ਦਸ਼ਮ ਪਿਤਾ ਦੇ ਵਾਸਤੇ ਸ਼ਬਦ ਨਵਾਬ ਸਾਡਾ ਸ਼ੇਰ ਖਾਂ ਹਾਦਾ ਨਾਰਾ ਮਾਰਨ ਗਏ, ਗਨੀ ਖਾਂ ਨਵੀ ਖਾਂ ਦੀਵਾਨੇ, ਦਸ਼ਮ ਪਿਤਾ ਤੇਰੀ ਆਵਾਜ਼ ਦੇ ਤੇਰੇ ਕਦਮਾਂ ਦੇ, ਕਿ ਉੱਚ ਦਾ ਪੀਰ ਬਣਾ ਕੇ ਜਾਨ ਤੇਰੀ ਖੇਡ ਕੇ ਕਿਹਾ ਕਿ ਹੁਕਮ ਕਰੋ ਗੁਰੂ ਸਾਹਿਬ ਕਿ ਤੇਰੇ ਵਾਸਤੇ ਜਾਨ ਕੁਰਬਾਨ ਕਰ ਦਈਏ, ਤੇ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚੇ ਕਹਿਤਾ ਕਿ ਤੇਰੇ ਉੱਤੋਂ ਵਾਰਦਾ ਜੀ। ਪੀਰ ਭੀਖਮ ਸ਼ਾਹ ਜੀ ਨੇ ਜਾ ਕੇ ਕਿਹਾ ਕਿ ਅੱਜ ਖੁਦਾ ਦਾ ਨੂਰ ਦੁਨੀਆ ਤੇ ਆਇਆ ਕਿ ਮੈਂ ਉਹਦੇ ਦਰਸ਼ਨ ਕਰਨ ਚਾਹੁੰਦਾ, ਤੇ ਮੇਰੀ ਕੀ ਔਕਾਤ ਹੈ ਕਿ ਮੈਂ ਦਸ਼ਮ ਪਿਤਾ ਦੇ ਲਈ ਉਪਮਾ ਕਰਾਂ, ਇਹ ਤਾਂ ਇੱਕ ਜ਼ੁਬਾਨ ਹੈ, ਅਗਰ ਕਿਤੇ ਮੇਰੇ ਰੋਮ ਰੋਮ ਨੂੰ ਉਹਨੇ ਜ਼ੁਬਾਨ ਦਿੱਤੀ ਹੁੰਦੀ ਉਹਦੀ ਉਪਮਾ ਤਾਂ ਮੈਂ ਫੇਰ ਵੀ ਪੂਰੀ ਨਾ ਕਰ ਸਕਦੀ। ਹਾਲੇ ਤੁਸੀਂ ਕਹਿੰਦੇ ਹੋ ਮੈਂ ਉਹਦੀ ਧੀ, ਮੈਂ ਤਾਂ ਸਭ ਕੁਝ ਹੀ ਦਸ਼ਮ ਪਿਤਾ ਹੈ, ਅਗਰ ਕਹਿੰਦੇ ਖੁਦਾ ਦੇ ਬਾਅਦ ਕਿਸੇ ਨੂੰ ਦੇਖਦੀ ਹੈ ਤਾਂ ਤੇਰਾ ਉਹ ਜਲਵਾ ਦੇਖਦੀ ਹਾਂ ਦਸ਼ਮ ਪਿਤਾ, ਕਿ ਤੇਰੀ ਜਿੰਨੀ ਵੀ ਤਾਰੀਫ ਕਰਾਂ, ਤੇਰੇ ਲਈ ਜਿੰਨੇ ਵੀ ਸ਼ਬਦ ਲਿਆਵਾਂ, ਮੈਂ ਮਾਲੀ ਦੀ ਤਰ੍ਹਾਂ ਬੜੇ ਖੂਬਸੂਰਤ ਫੁੱਲ ਚੁਣਨੇ ਚਾਹੁੰਦੀ ਹਾਂ, ਮੈਂ ਇੱਕ ਇੱਕ ਤੰਦ ਇਕੱਠੀ ਕਰਦੀ ਹਾਂ, ਪਰ ਫਿਰ ਵੀ ਜਦੋਂ ਸਜਾ ਕੇ ਦੇਖਦੀ ਹਾਂ ਤਾਂ ਤੇਰਾ ਤਾਂ ਬਾਣਾ, ਤੇਰੀ ਤਾਂ ਕਰੈਕਟਰ, ਤੇਰੇ ਤਾਂ ਕਰਨੀ ਜੋ ਕੁਰਬਾਨੀ ਹੈ ਉਹ ਇੰਨੀ ਵੱਡੀ ਹੈ ਗੁਰੂ ਸਾਹਿਬ, ਕਿ ਕਿਤੇ ਜਾਂਦੇ ਮੈਨੂੰ ਮਿਲ ਜਾਓ, ਮੈਂ ਬਾਂਹ ਫੜ ਲਾਂ, ਪੈਰ ਫੜ ਲਾਂ, ਕਹਾਂ ਕਿ ਕਿਤੇ ਛੱਡ ਕੇ ਨਾ ਜਾਈ, ਹਰ ਵਕਤ ਮੇਰੇ ਨਾਲ, ਤੇਰੇ ਸਹਾਰੇ ਮੈਂ ਰੋਟੀ ਖਾ ਰਹੀ ਹਾਂ, ਤੇਰੇ ਸਹਾਰੇ ਮੇਰੇ ਰੁਤਬੇ ਨੇ, ਤੇਰੇ ਸਹਾਰੇ ਮੇਰਾ ਸਭ ਕੁਝ ਹੈ। ਇਸ ਤੋਂ ਬਾਅਦ ਮੈਂ ਸਿੱਖਾਂ ਨੂੰ ਕਹਿਣੀ ਹੈ ਕਿ ਦਸ਼ਮ ਪਿਤਾ ਦੇ ਪੁੱਤੋ, ਉਹਨੇ ਤਾਂ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਚਾਰ, ਕਹਿੰਦਾ ਮੇਰੇ ਚਾਰ ਮੂਹੇ ਤੋਂ ਕਿਆ ਹੁਆ ਯਹਾਂ ਜੀਵਤ ਕਈ ਹਜ਼ਾਰ। ਅੱਜ ਤੁਹਾਨੂੰ ਅੰਮ੍ਰਿਤ ਛਕਣ ਲਈ ਕਹਿਣਾ ਪਵੇ, ਅੱਜ ਤੁਹਾਨੂੰ ਕਹਿਣਾ ਪਵੇ ਕਿ ਦਸਤਾਰ ਸਜਾ ਲਓ, ਉਹ ਮੈਂ ਮਤਲਬ ਦਸ਼ਮ ਪਿਤਾ ਤੇਰੇ ਲਈ ਬੋਲ ਕੀ ਕਰ ਦਵਾਂ, ਮੇਰੇ ਤੇ ਜੋ ਹੁਕਮ ਤਾਇਦ ਕਰੇ, ਕੁਰਬਾਨੀ ਸਭ ਤੋਂ ਪਹਿਲੀ ਮੈਂ ਤੇਰੇ ਲਈ ਦੇ ਦਵਾਂ, ਤੇ ਤੇਰੇ ਸਿੱਖਾਂ ਨੂੰ ਤਾਂ ਮੈਂ ਹੱਥ ਜੋੜ ਕੇ ਇੰਨਾ ਹੀ ਕਹਿੰਦੀ ਹੈ ਕਿ ਉਹਦੇ ਦੱਸੇ ਬਾਣੇ 'ਚ ਪੱਕੇ ਹੋ ਜਾਓ, ਅੱਜ ਵੀ ਤੁਹਾਡੀ ਹਵਾ ਵੱਲ ਕੋਈ ਨਹੀਂ ਝਾਕ ਸਕਦਾ, ਆਉਣ ਵਾਲੀਆਂ ਪੁਸਤਾਂ 'ਚ ਤੁਹਾਡੀ ਕਦੇ ਕੋਈ ਪਿੱਠ ਨਹੀਂ ਲਾ ਸਕੂਗਾ, ਜਿਵੇਂ ਹੱਲਾ ਪਿਆ 1947 'ਚ ਦੁਨੀਆ ਦੇ ਵਿੱਚ ਨੁਕਸਾਨ ਹੋਏ, ਪਰ ਮਰੇਕ ਕੋਲੇ ਕੰਨੀ ਜਦੋਂ ਕੋਈ ਜਾਂਦਾ ਸੀ ਕਹਿੰਦੇ ਸਾਨੂੰ ਨੀਲੇ ਘੋੜੇ ਵਾਲਾ ਦਿਖਦਾ, ਉਹ ਕੌਣ ਸੀ? ਉਹ ਦਸ਼ਮ ਪਿਤਾ ਸੀ ਜੋ ਮੁਸਲਮਾਨਾਂ ਦੀ ਹਿਫਾਜ਼ਤ ਕਰ ਰਿਹਾ ਸੀ। ਮੁਸਲਮਾਨ ਦਸ਼ਮ ਪਿਤਾ ਦੀ ਸ਼ਾਨ ਲਈ ਹਮੇਸ਼ਾ ਪਹਿਲੀ ਕਤਾਰ 'ਚ ਖੜ ਕੇ ਹਾਦਾ ਨਾਰਾ ਮਾਰਨ, ਇਹ ਮੇਰੀ ਅਪੀਲ ਹੈ ਕਿ ਜਿੰਨਾ ਪਿਆਰ ਸਿੱਖਾਂ ਨੇ, ਜਿੰਨਾ ਪਿਆਰ ਹਿੰਦੂਆਂ ਨੇ, ਜਿੰਨਾ ਪਿਆਰ ਸਾਡੇ ਦਸ਼ਮ ਪਿਤਾ ਨੇ ਮੁਸਲਮਾਨਾਂ ਨੂੰ ਕੀਤਾ, ਉਹ ਕੋਈ ਕਰ ਨਹੀਂ ਸਕਦਾ ਜਿੱਥੇ ਐਡੇ ਐਡੇ ਜ਼ੁਲਮ ਹੋਏ ਹੋਣ, ਜਿੱਥੇ ਵਜੀਦ ਖਾਂ ਨੇ ਕੋਈ ਕਮੀ ਨਾ ਗੁਜ਼ਾਰੀ ਹੋਵੇ। ਇਸਲਾਮ ਕਦੋਂ ਇਸ ਚੀਜ਼ ਦੀ ਇਜਾਜ਼ਤ ਦਿੰਦਾ ਸੀ ਕਿ ਮਾਸੂਮ ਬੱਚਿਆਂ ਤੇ ਜ਼ੁਲਮ ਕਰੋ? ਐਡਾ ਜ਼ੁਲਮ ਹੋਇਆ ਤੇ ਫਿਰ ਉਸ ਮੁਸਲਮਾਨਾਂ ਨੂੰ ਉਹਨਾਂ ਨੇ ਸਿਰ ਤੇ ਬਿਠਾਇਆ?
ਐਡੀਆਂ ਐਡੀਆਂ ਪਾਰਟੀਆਂ ਮੁਸਲਮਾਨਾਂ ਨੂੰ ਪਿਆਰ ਕਰਨ, ਇੰਨੀ ਸਿੱਖ ਕੌਮ ਮੁਸਲਮਾਨਾਂ ਨੂੰ। ਅੱਜ ਮੇਰਾ ਦਾਅਵਾ ਹੈ ਕਿ ਜਿੱਥੇ ਕੋਈ ਮੇਰੀ ਕੌਮ ਦਾ ਬੰਦਾ ਨਾ ਹੋਵੇ, ਮੈਂ ਉੱਥੇ ਜਾ ਕੇ ਵੀ ਖੜ ਜਾ ਤਾਂ ਮੈਨੂੰ ਲੋਕ ਮੁਹੱਬਤ ਕਰਨਗੇ, ਕਿਉਂਕਿ ਮੈਂ ਦਸ਼ਮ ਪਿਤਾ ਦੀ ਧੀ ਹੈ। ਮੈਨੇ ਤਾਂ ਕਿਸੇ ਤੋਂ ਕੁਛ ਨਹੀਂ ਮੰਗਿਆ, ਮੈਂ ਤਾਂ ਆਪਣੇ ਲਈ ਕਿਸੇ ਤੋਂ ਕੁਛ ਨਹੀਂ ਕਿਹਾ, ਮੈਂ ਤਾਂ ਸਿਰਫ ਇੰਨਾ ਕਿਹਾ ਕਿ ਉਹਦੀ ਉਪਮਾ ਕਰੋ, ਉਹਦੀ ਗੱਲ ਕਰੋ, ਉਹਦੀ ਗਾਥਾ ਗਾਓ, ਉਹਦੇ ਬੱਚਿਆਂ ਨੂੰ ਯਾਦ ਕਰੋ, ਵਹੀਰਾਂ ਕੱਟ ਕੇ ਆਓ, ਆਪਣਾ ਦਸਵੰਤ ਕੱਢ ਕੇ ਆਪ ਉਹਦੀਆਂ ਯਾਦਾਂ ਚ ਲਾ ਦਿਓ ਕਿ ਕੋਈ ਹੱਥ ਨਾ ਘੁੱਟਿਓ, ਕਿਉਂਕਿ ਉਹ ਜਦੋਂ ਦਿੰਦਾ ਉਹ ਖਜ਼ਾਨੇ ਦੇ ਮੂੰਹ ਖੋਲ ਦਿੰਦਾ।